ਆਪਣੇ ਇਲਾਕੇ ਦੇ ਪਿੰਡਾਂ, ਸ਼ਹਿਰਾਂ ਅਤੇ ਨਗਰਾਂ ਦੇ ਵਿੱਚ ਨਿੱਜੀ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਆਵਾਜ਼ੇ ਕੌਮ TV। ਅੱਜ ਹੀ ਸੰਪਰਕ ਕਰੋ ਆਵਾਜ਼ੇ ਕੌਮ TV। ਟਿਕਟ ਮਿਲੀ ਆ, ਮੈਂ ਕੁਛ ਨਹੀਂ ਕਹਾਂਗਾ, ਤੁਸੀਂ ਕੁਛ ਨਾ ਕਹੋ, ਲੋਕ ਕੁਛ ਨਾ ਕਹਿਣ। ਜਿਹੜੇ 6-6 ਵਾਰ ਦੇ MLA ਜਿੱਤੇ ਹੋਏ ਆ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ, ਉਹ ਬਿਰਤਾਂਤ ਕਰਦੇ ਆ, ਉਹ ਪੂਰਾ ਵਰਣਨ ਕਰਦੇ ਆ ਵੀ 5 ਸਾਲਾਂ ਦੇ ਵਿੱਚ ਸਤਿਕਾਰਯੋਗ MP ਸਾਹਿਬ ਨੇ ਕੀਤਾ ਕੀ ਆ। ਸੋ ਪੰਜਾਬ ਡੈਮੋਕਰੇਟਿਕ ਅਲਾਇੰਸ, ਮੇਰਾ ਖਿਆਲ ਅਸੀਂ ਕੱਲ੍ਹ ਜਿਹੜੀਆਂ ਦੋ ਸਾਡੀਆਂ ਲੋਕ ਇਨਸਾਫ ਪਾਰਟੀ ਦੇ ਹਿੱਸੇ ਦੀਆਂ ਟਿਕਟਾਂ ਅੰਮ੍ਰਿਤਸਰ ਅਤੇ ਲੁਧਿਆਣਾ, ਕੱਲ੍ਹ ਅਸੀਂ ਸਾਰੀ ਅਨਾਊਂਸਮੈਂਟ ਜਿਹੜੀ ਆ ਤੁਹਾਡੇ ਰੂਬਰੂ ਲੋਕਾਂ ਦੀ ਗੁਜ਼ਾਰੀ 'ਚ ਲਾ ਦਿਆਂ। ਜਿਹੜੇ ਆ ਗੱਪਾਂ ਦੇ ਵੱਡੇ ਵੱਡੇ ਅੰਬਾਰ ਨੇ, ਮੈਂ ਫਿਰ ਪੁੱਛਣਾ ਚਾਹੂੰਗਾ ਕਾਂਗਰਸ ਵਾਲਿਆਂ ਨੂੰ ਵੀ ਇਹ ਮੋਦੀ ਵਾਲੇ ਖਾਤੇ 'ਚ 72,000 ਆਉਣਾ, ਕਿ ਲੋਕਾਂ ਨੂੰ ਕਹੀਏ ਵੀ ਨਵੇਂ ਖਾਤੇ ਖਿਲਾਓ ਭਾਈ, ਰਾਹੁਲ ਗਾਂਧੀ ਵਾਲਾ ਨਵਾਂ ਅਕਾਊਂਟ ਖਿਲਾਓ, ਉਹਦੇ 'ਚ 72,000 ਰੁਪਏ ਆਉਣਾ। ਇਹ ਹਸੀਨ ਲੋਕਾਂ ਦੇ ਨਾਲ ਵਾਅਦੇ ਕਰਦੇ ਆ, ਵੱਡੀਆਂ ਵੱਡੀਆਂ ਗੱਪਾਂ ਛੱਡਦੇ ਆ, ਵਾਸਤਵਿਕ ਦੇ ਵਿੱਚ ਕੁਛ ਵੀ ਨਹੀਂ। ਡਾਕੂਮੈਂਟ ਡਿਕਲੇਅਰ ਕਰਨਾ ਚਾਹੀਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਭਾਰਤ ਦੇ ਚੋਣ ਕਮਿਸ਼ਨ ਨੂੰ, ਜਿੰਨੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰ, ਉਹ ਸਾਰੇ ਦੇ ਸਾਰੇ ਲੀਗਲ ਡਾਕੂਮੈਂਟ ਦੇ ਤੌਰ 'ਤੇ, ਕੱਲ੍ਹ ਨੂੰ ਕੋਈ ਪਾਰਟੀ ਉਸਦੇ 'ਤੇ ਖਰੇ ਨਹੀਂ ਉਤਰਦੀ, ਉਹਦੇ 'ਤੇ ਫੌਜਦਾਰੀ ਧਰਾਵਾਂ ਦੇ ਤਹਿਤ FIR ਦਰਜ ਹੋਵੇ। ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦਾ, ਕਹੂੰਗਾ ਰੇਪ ਕਰਦੇ ਆ ਲੋਕ, ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਦੇ ਆ ਲੋਕ। ਫੌਜਦਾਰੀ ਧਰਾਵਾਂ ਦੇ ਉੱਤੇ ਮੁਕੱਦਮੇ ਦਰਜ ਹੋਣ, ਚਾਹੇ ਉਹ ਮੋਦੀ ਸਾਹਿਬ ਹੋਣ ਅਤੇ ਚਾਹੇ ਰਾਹੁਲ ਗਾਂਧੀ ਜੀ ਹੋਣ, ਜਿਹੜੇ ਵੱਡੇ ਵੱਡੇ ਝੂਠ ਤੂਫਾਨ ਤੋਲ ਕੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਸਾਰਾ ਕੁਛ ਹੀ ਝੂਠ ਬੋਲ ਕੇ। ਸੋ ਇਹ ਲੀਗਲ ਡਾਕੂਮੈਂਟ ਭਾਰਤ ਦੇ ਚੋਣ ਕਮਿਸ਼ਨ ਨੂੰ ਐਲਾਨ ਦੇਣਾ ਚਾਹੀਦਾ। ਪ੍ਰਵਾਸੀ ਪੰਛੀ ਜਿਹੜੇ ਜਿਵੇਂ ਆਪਣੇ ਹਰੀਕੇ ਪੱਤਣ ਵੀ ਆ ਜਾਂਦੇ ਆ, ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਬਰਫ਼ ਬੁਰਫ਼ ਪੈਂਦੀ ਹੈ, ਤਾਪਮਾਨ ਦੇ ਅਨੁਸਾਰ ਫੈਸਲੇ ਲੋਕ ਲੈ ਲੈਂਦੇ ਆ, ਇਹਦੇ ਨਾਲ ਵੋਟਰ ਦੇ ਉੱਤੇ ਕੋਈ ਵੋਟਰ ਮਾੜਾ ਪ੍ਰਭਾਵ ਮਹਿਸੂਸ ਕਰਦਾ।